ਨਸ਼ੇ ਦਾ ਕਾਲਾ ਕਾਰੋਬਾਰ ਪਿਛਲੀ ਸਰਕਾਰ ਵੇਲੇ ਵੀ ਇਵੇਂ ਹੀ ਚੱਲਦਾ ਸੀ ਅਤੇ ਇਸ ਸਰਕਾਰ ਵੇਲੇ ਵੀ ਉਵੇਂ ਹੀ ਚੱਲ ਰਿਹਾ। ਆਏ ਦਿਨ ਪੁਲਿਸ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ, ਮੋਗਾ ਫਿਰੋਜ਼ਪੁਰ ਦੇ ਉੱਤੇ ਬਣੀ ਕਲੋਨੀ ਦੇ ਵਿੱਚ ਬਣੇ ਕੌਫੀ ਕੈਫੇ ਦਾ, ਜਿੱਥੇ ਨਾਜਾਇਜ਼ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ, ਜਿਸ ਦੀ ਗੁਪਤ ਸੂਚਨਾ ਪੁਲਿਸ ਨੂੰ ਮਿਲੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਰੇਡ ਕਰਕੇ ਪੁਲਿਸ ਨੇ 42 ਪੇਟੀਆਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ 4 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ, ਜਿਨ੍ਹਾਂ ਦੇ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 2 ਦੋਸ਼ੀ ਭੱਜਣ ਦੇ ਵਿੱਚ ਸਫਲ ਹੋ ਗਏ ਨੇ, ਜਿਨ੍ਹਾਂ ਨੂੰ ਪੁਲਿਸ ਤਲਾਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਮੋਗਾ ਪੁਲਿਸ ਨੂੰ ਇੱਕ ਦਿਨ ਪਹਿਲਾਂ ਵੀ ਮੋਗਾ ਕੋਟੀਸੇ ਖਾਂ ਰੋਡ ਦੇ ਉੱਤੇ 101 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਇਸੇ ਪ੍ਰੇਮ ਸਿੰਘ ਜਿਹੜੇ ਹੈਗੇ ਨੇ, ਉਹ ਗਸ਼ਤ ਤੇ ਰਵਾਨਾ ਸੀ ਕਿ ਉਹਨਾਂ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਮਿਲੀ ਹੈ ਕਿ ਗ੍ਰੀਨ ਸਿਟੀ ਇਨਕਲੇਵ ਦੇ ਵਿੱਚ ਕੈਫੇ ਕੈਂਟੀਨ, ਜਿਹੜੀ ਕੈਫੇ ਹੈਗੀ ਹੈ, ਕੋਲ ਕੈਫੇ ਕੌਫੀ, ਉੱਥੇ ਕੁਛ ਲੋਕ ਨਜਾਇਜ਼ ਸ਼ਰਾਬ ਦਾ ਕੰਮ ਕਰ ਰਹੇ ਨੇ। ਸੋ ਗੁਪਤ ਸੂਚਨਾ ਦੇ ਆਧਾਰ 'ਤੇ ਜਿਹੜਾ ਹੈਗਾ ਉਹਨਾਂ ਨੇ ਰੇਡ ਕੀਤਾ ਤਾਂ ਉਹਨਾਂ ਨੂੰ ਜਿਹੜਾ ਹੈਗਾ 42 ਪੇਟੀਆਂ ਮੋਟਾ 17 ਸ਼ਰਾਬ ਬਰਾਮਦ ਹੋਈ ਹੈ ਔਰ 2 ਜਿਹੜੇ ਹੈਗੇ ਵਿਅਕਤੀ ਅਰੈਸਟ ਕੀਤੇ ਹੈ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 121 ਅੰਡਰ ਸੈਕਸ਼ਨ 61 ਜਿਹੜਾ ਰਜਿਸਟਰ ਕੀਤਾ। ਮੋਗਾ ਤੋਂ ਬਿੱਟੂ ਪੁਰਵਾ ਦੀ ਰਿਪੋਰਟ, ਪਹਿਰੇਦਾਰ ਟੀਵੀ।